ਤਾਂ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਇੱਥੇ ਨੇ ਗੱਲਬਾਤ ਕਰ ਲੈਂਦੇ ਵੇਰਕਾ ਸਾਹਿਬ, ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ? ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ, ਔਰ ਮੈਂ ਦੇਖ ਰਿਹਾ ਕਿ ਜਿਸ ਤਰੀਕੇ ਨਾਲ ਲੋਕ ਇੰਨੀ ਧੁੱਪ ਦੇ ਵਿੱਚ, ਇੰਨੀ ਗਰਮੀ ਦੇ ਵਿੱਚ ਸੜਕਾਂ ਦੇ ਉੱਪਰ ਉੱਤਰ ਰਹੇ ਆ, ਔਰ ਮਾਵਾਂ ਭੈਣਾਂ ਆਪਣੇ ਬੱਚਿਆਂ ਨੂੰ ਘਰ 'ਚ ਛੱਡ ਕੇ ਰੋਟੀ ਬਣਾਉਣ ਤੋਂ ਬਜਾਏ ਉਹ ਗੁਰਜੀਤ ਔਜਲਾ ਨੂੰ ਸੁਣਨ ਆ ਰਹੀਆਂ, ਔਰ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਵਾਸਤੇ ਲੋਕਾਂ 'ਚ ਉਤਸ਼ਾਹ ਹੈ, ਔਰ ਇਸ ਉਤਸ਼ਾਹ ਨੂੰ ਮੈਂ ਲੋਕਾਂ ਨੂੰ ਪ੍ਰਣਾਮ ਕਰਦਾ ਸਿਰ ਝੁਕਾ ਕੇ, ਔਰ ਮੈਂ ਉਮੀਦ ਕਰਦਾ ਗੁਰਜੀਤ ਔਜਲਾ ਦੀ ਜਿੱਤ ਦੇ ਰਸਤੇ ਦੇ ਵਿੱਚ ਕੋਈ ਨਹੀਂ ਹੈ। ਔਰ ਹੁਣ ਤਾਂ ਇਹ ਵੀ ਮੈਨੂੰ ਪਤਾ ਲੱਗਾ ਹੈ ਕਿ ਵਿਚਾਰਾ ਜਿਹੜਾ ਬੀਜੇਪੀ ਦਾ ਉਮੀਦਵਾਰ ਆਇਆ ਹੈ, ਉਸਨੇ ਰਿਟਰਨ ਟਿਕਟ ਵੀ 2 ਤਰੀਕ ਦੀ ਬੁੱਕ ਕਰਾ ਲਈ ਹੈ। ਗੁਰਜੀਤ ਔਜਲਾ ਨੇ 7 ਸਾਲਾਂ ਵਿੱਚ ਅੰਮ੍ਰਿਤਸਰ ਦਾ ਭੱਠਾ ਪਾ ਦਿੱਤਾ, ਉਹ ਚੱਲਿਆ ਵਿਚਾਰਾ ਅਮਰੀਕਾ, ਹੁਣ ਉਹਨੂੰ ਵਿਚਾਰੇ ਨੇ ਕੀ ਲੈਣਾ ਛੱਡ ਪਰੇ। ਇੱਥੇ ਡੈਮੇਜ ਸਭ ਤੋਂ ਜ਼ਿਆਦਾ ਹੋਇਆ ਸਿਰ, ਸਭ ਤੋਂ ਜ਼ਿਆਦਾ ਇੱਥੇ ਹਾਰ ਹੋਈ ਸੀ ਕਾਂਗਰਸ ਦੀ 2022 ਵਿੱਚ। ਮੈਂ ਤੁਹਾਨੂੰ ਇਹ ਕੀ ਕਿਹਾ ਵੀ ਸਭ ਤੋਂ ਜ਼ਿਆਦਾ ਜਿੱਤ ਹੁਣ ਇਸ ਇਲਾਕੇ 'ਚ ਹੋਏਗੀ। ਤਾਂ ਡਾਕਟਰ ਰਾਜ ਕੁਮਾਰ ਵੇਰਕਾ ਜਿਹੜਾ ਕਿ ਵੱਡਾ ਦਾਅਵਾ ਕਰ ਰਹੇ ਨੇ, ਕਿਉਂਕਿ 2022 ਦੀ ਵਿਧਾਨ ਸਭਾ ਇਲੈਕਸ਼ਨ ਵਿੱਚ ਸਭ ਤੋਂ ਜ਼ਿਆਦਾ ਡੈਮੇਜ ਜਿਹੜਾ ਕਿ ਇੱਥੇ ਕਾਂਗਰਸ ਨੂੰ ਹੋਇਆ ਸੀਗਾ, ਪਰ ਹੁਣ ਉਹ ਆਖ ਰਹੇ ਨੇ ਵੀ ਇੱਥੇ ਸਭ ਤੋਂ ਵੱਡੀ ਜਿੱਤ ਜਿਹੜੀ ਕਿ ਕਾਂਗਰਸ ਦੀ ਹੋਵੇਗੀ। ਤਾਂ ਗੁਰਜੀਤ ਸਿੰਘ ਔਜਲਾ ਪਹੁੰਚੇ ਨੇ, ਗੱਲਬਾਤ ਕਰ ਲੈਣੇ ਭਾਜੀ, ਇੰਨੀ ਗਰਮੀ ਦੇ ਬਾਵਜੂਦ ਲੋਕਾਂ ਦਾ ਪਿਆਰ ਹੈ ਜਿਹੜੀ ਕਿ ਲੋਕ ਲਗਾਤਾਰ ਬੈਠੇ ਹੋਏ ਨੇ। ਦੇਖੋ, ਇੰਨੀ ਗਰਮੀ ਦੇ ਵਿੱਚ ਜਿਹੜੀ ਸਭ ਤੋਂ ਵੱਡੀਆਂ ਚੀਜ਼ਾਂ ਨੇ ਕਿ ਜਿਹੜੀ ਕੇਂਦਰ 'ਚ ਸਰਕਾਰ ਹੈ, ਇੱਕ ਤਾਂ ਉਹਦਾ ਬਹੁਤ ਵੱਡਾ ਤਸ਼ੱਦਦ ਹੈ, ਇੱਕ ਪੰਜਾਬ ਸਰਕਾਰ ਦਾ ਤਸ਼ੱਦਦ ਹੈ, ਇੱਕ ਜਿਹੜੀ ਸਰਕਾਰ ਦੱਸ ਆ ਰਹੀ ਉਹਦਾ ਤਸ਼ੱਦਦ ਹੈ। ਤਿੰਨਾਂ ਦਾ ਤਸ਼ੱਦਦ ਲੋਕਾਂ ਨੂੰ ਚੈਨ ਨਾਲ ਬਹਿਣ ਨਹੀਂ ਦਿੰਦਾ। ਉਹ ਚਾਹੁੰਦੇ ਹੈ ਕਿ ਕਾਂਗਰਸ ਪਾਰਟੀ ਬਾਗਡੋਰ ਸੰਭਾਲੇ, ਕਿਉਂਕਿ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਲੜਾਈ ਅਸੀਂ ਪਿਛਲੇ 10 ਸਾਲ ਸੰਵਿਧਾਨ ਨੂੰ ਕੁਚਲਣ ਵਾਲੀ ਤਾਕਤ ਦੇ ਨਾਲ ਲੜੀ ਹੈ, ਉਹ ਤਾਕਤ ਜਿਹੜੀ ਦੇਸ਼ ਨੂੰ ਸੱਤਿਆ ਨਾਸ ਮਾਰ ਰਹੀ ਹੈ, ਜਿਹੜੀ ਬਹੁਤ ਜਿਹੜਾ ਸੰਵਿਧਾਨ ਦਾ ਨੁਕਸਾਨ ਕਰ ਰਹੀ ਹੈ, ਉਹ ਤਾਕਤ ਜਿਹੜੀ ਹੈ ਉਹਨੂੰ ਲਾਂਭੇ ਕਰਨਾ ਬੜਾ ਜ਼ਰੂਰੀ ਹੈ। ਜਿਹਦੇ ਰਾਹ 'ਚ 400 ਰੁਪਏ ਸਿਲੰਡਰ 1100 ਰੁਪਏ ਵਿਕ ਰਿਹਾ, 50 ਰੁਪਏ ਤੇਲ ਵਾਲਾ 100 ਰੁਪਏ ਲੀਟਰ ਵਿਕ ਰਿਹਾ ਵਾ, ਔਰ ਖਾਣ ਵਾਲੀਆਂ ਚੀਜ਼ਾਂ 3-3 ਗੁਣਾ ਮਹਿੰਗੀਆਂ ਨੇ, ਕਿਸਾਨ ਵਿਚਾਰੇ ਨੂੰ ਕੁਛ ਮਿਲਦਾ ਨਹੀਂ, ਮਹਿੰਗੇ ਭਾਅ ਦੀਆਂ ਚੀਜ਼ਾਂ ਲੈਣੀਆਂ ਪੈ ਰਹੀਆਂ ਨੇ, ਇਨਕਮ ਟੈਕਸ ਟੈਰਰ ਹੈ, GST ਦੇ ਲੋਕਾਂ ਨੂੰ ਜਿਹੜੇ ਅੰਦਰ ਦਿੱਤਾ ਜਾ ਰਿਹਾ ਹੈ, ਅਗਨੀਵੀਰ ਵਰਗੀਆਂ ਨਾਕਾਮ ਯੋਜਨਾ ਲੈ ਕੇ ਆਏ ਨੇ, ਭ੍ਰਿਸ਼ਟਾਚਾਰ ਉਹਨਾਂ ਰੱਜ ਕੇ ਕੀਤਾ ਹੈ, ਬੀਫ ਕੰਪਨੀਆਂ ਤੋਂ ਜਿੱਥੇ ਗਊ ਰੱਖਿਆ ਦੀ ਗੱਲ ਕਰਦੇ ਹੈ, ਜਿੱਥੇ ਗਊ ਦੀ ਹੱਤਿਆ ਹੁੰਦੀ ਉਹਨਾਂ ਕੰਪਨੀਆਂ 250-250 ਕਰੋੜ ਰੁਪਏ ਨਾਲ ਰਿਸ਼ਵਤ ਲਈ ਹੈ, ਔਰ ਪਾਕਿਸਤਾਨ ਦੀਆਂ ਕੰਪਨੀਆਂ ਤੋਂ ਰਿਸ਼ਵਤ ਲਈ ਹੈ, ਚਾਈਨਾ ਦੀਆਂ ਕੰਪਨੀਆਂ ਤੋਂ ਰਿਸ਼ਵਤ ਲਈ ਹੈ। ਇਸ ਸਰਕਾਰ ਨੂੰ ਚੱਲਦਾ ਬੰਦੇ ਨੇ, ਮਨੀਪੁਰ ਵਰਗੀਆਂ ਘਟਨਾਵਾਂ ਦਾ ਲੋਕਾਂ ਦੇ ਮਨ 'ਤੇ ਬਹੁਤ ਭਾਰਾ ਅਸਰ ਹੈ, ਉਹ ਚਾਹੁੰਦੇ ਨੇ ਕਿ ਉਹਦਾ ਬਦਲਾ ਲਿਆ ਜਾਵੇ ਕੈਂਟਰ ਦੀ ਸਰਕਾਰ ਨੂੰ ਚੱਲਦਾ ਕਰਕੇ, ਅਤੇ ਪੰਜਾਬ ਸਰਕਾਰ ਦੇ ਵਿਰੋਧੀ ਬਹੁਤ ਵੱਡਾ ਰੋਸ਼ ਹੈ, ਅੱਜ ਸਾਡੇ ਇਲਾਕੇ 'ਚ ਖੜ੍ਹੇ ਹਾਂ, ਸੀਵਰੇਜ ਦੀ ਬਹੁਤ ਵੱਡੀ ਸਮੱਸਿਆ, ਚਿਕਨਗੁਣੀਆਂ ਨਾਲ ਲੋਕ ਬਹੁਤ ਪਰੇਸ਼ਾਨ ਰਹੇ 2 ਸਾਲ, ਮੈਂ ਪਾਰਲੀਮੈਂਟ 'ਚ ਦੋਵੇਂ ਸਮੱਸਿਆ ਰੱਖੀਆਂ, ਸਰਕਾਰ ਨੂੰ ਨੋਟਿਸ ਕੀਤਾ, ਕਮੇਟੀ ਦੀ ਰਿਪੋਰਟ ਹੋਈ, ਫਿਰ ਜਾ ਕੇ ਇਹਨਾਂ ਦਾ ਇਲਾਜ ਸ਼ੁਰੂ ਹੋਇਆ। ਸੋ ਅੱਜ ਲੋਕ ਕਹਿੰਦੇ 2 ਸਾਲ ਤੋਂ ਮੇਅਰ ਹੈ ਨਹੀਂ, ਕਾਰਪੋਰੇਸ਼ਨ ਦੀ ਚੋਣ ਹੈ ਨਹੀਂ, ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਭਗੌੜਾ ਹੋਵੇ ਉਹ ਸਰਕਾਰ ਤੋਂ ਕੀ ਆਸ ਕਰ ਸਕਦੇ। ਕਹਿੰਦੀ 10 ਸਾਲ ਵਿੱਚ ਦੇਸ਼ ਨੂੰ ਵਰਲਡ ਲੈਵਲ ਤੇ ਪਹੁੰਚਾ ਦਿੱਤਾ, ਭੁੱਖਮਰੀ 'ਚ 106ਵੇਂ ਸਥਾਨ 'ਤੇ ਹੈ, ਪਤਾ ਕਰ ਲਓ ਕੱਢ ਕੇ, ਪਰ ਕੈਪਟਨ ਇਨਕਮ 143ਵੇਂ ਸਥਾਨ 'ਤੇ ਆ, ਕਿਹੜੇ ਸਥਾਨ 'ਤੇ ਦੇਸ਼ ਪਹੁੰਚਿਆ ਚੈੱਕ ਕਰ ਲਓ। ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਉਹ ਆਖਦੇ ਨੇ ਭਾਜੀ, ਬੀਜੇਪੀ ਦੇ ਉਮੀਦਵਾਰ ਆਖ ਰਹੇ ਨੇ ਵੀ ਔਜਲਾ ਨੇ 7 ਸਾਲ ਵਿੱਚ ਅੰਮ੍ਰਿਤਸਰ ਦਾ ਭੱਠਾ ਪਾਤਾ, ਕੁਛ ਨਹੀਂ ਕੀਤਾ। ਚਲੋ ਉਹਨਾਂ ਨੂੰ ਪਤਾ ਲੱਗ ਜਾਣਾ, 4 ਨੂੰ ਪੁੱਛ ਲਿਓ ਕੀ ਹੋਇਆ, ਲੋਕਾਂ ਨੇ ਤੈਅ ਕਰਨਾ, ਉਹ ਵਿਚਾਰਿਆਂ ਨੂੰ ਤਾਂ ਆਪਣੇ ਬਜ਼ੁਰਗਾਂ ਦਾ ਨਹੀਂ ਪਤਾ, ਬਜ਼ੁਰਗਾਂ ਦੇ ਕਿਹੜੀ ਲੜਾਈ ਲੜਦੇ ਰਹੇ, ਉਹ ਤਾਂ ਬਜ਼ੁਰਗਾਂ ਦੇ ਆਖੇ ਨਹੀਂ ਲੱਗੇ, ਬਜ਼ੁਰਗ ਉਹਨਾਂ ਤਾਕਤਾਂ ਨਾਲ ਲੜਦੇ ਰਹੇ ਜਿਹੜੀ ਧਰਮ ਦੇ ਵਿਰੁੱਧ ਲੜਾਈ ਲੜਦੀਆਂ, ਜਿਹੜੀਆਂ ਅੰਗਰੇਜ਼ਾਂ ਨਾਲ ਜੁੜੀਆਂ ਸੀ, ਜਦੋਂ ਉਹਨਾਂ ਦੀ ਗੋਦੀ 'ਚ ਪਾ ਬੈਠੇ ਉਹਨਾਂ ਨੂੰ ਗੁਰਜੀਤ ਔਜਲੇ ਦਾ ਪਤਾ ਵੈਸੇ ਨਹੀਂ ਲੱਗਣਾ, ਉਹਨਾਂ ਨੂੰ ਲੋਕ ਦੱਸਣਗੇ ਪਤਾ ਕੀ ਹੁੰਦਾ ਵੀ ਕਿੰਨਾ ਕੰਮ ਹੋਇਆ, ਮੈਂ ਇਹ ਕੰਮ ਲੋਕਾਂ 'ਤੇ ਛੱਡਿਆ। ਕਾਂਗਰਸ ਦੇ ਸਿਰਕੱਢ ਆਗੂ ਸਤੀਸ਼ ਬੱਲੂ, ਜਿਨ੍ਹਾਂ ਦੀ ਅਗਵਾਈ ਵਿੱਚ ਇੱਥੇ ਛਿਆਟਾ ਵਿੱਚ ਭਰਵੀਂ ਰੈਲੀ ਕਰਵਾਈ ਗਈ ਸੀ ਗੁਰਜੀਤ ਸਿੰਘ ਔਜਲਾ ਦੀ ਹਿਮਾਇਤ ਵਿੱਚ, ਤਾਂ ਗੱਲਬਾਤ ਕਰ ਰਹੇ ਭਾਜੀ, ਕੀ ਕਹਿਣਾ ਜੀ, ਕਿੰਨਾ ਕੁ ਉਤਸ਼ਾਹ ਲੋਕਾਂ ਵਿੱਚ? ਉਤਸ਼ਾਹ ਤੁਹਾਡੇ ਸਾਹਮਣੇ ਆ, ਠਾਠਾ ਮਾਰਦਾ ਕੱਟ, 700 ਕੁਰਸੀ ਅਸੀਂ ਲਵਾਏ ਸੀ, ਉਸ ਤੋਂ ਇਲਾਵਾ 1500 2000 ਦੀ ਗੈਦਰਿੰਗ ਜਿਹੜੀ ਆ
ਸਾਡੀ ਆਸ ਤੋਂ ਵੀ ਵੱਧ ਲੋਕ ਆ। ਇਹ ਤੋਂ ਸਾਬਤ ਹੁੰਦਾ ਵਾ ਕਿ ਲੋਕ ਇਹ ਸਰਕਾਰ ਤੋਂ ਕਿੰਨੇ ਅੱਕੇ ਸੜੇ ਪਏ ਆ। ਸੀਵਰੇਜ ਦੀ ਸਮੱਸਿਆ, ਗੰਦੇ ਪਾਣੀ ਸਾਡਾ ਫੰਡਾਮੈਂਟਲ ਰਾਈਟ ਆ ਕਿ ਸਾਨੂੰ ਸਾਫ਼ ਸਫਾਈ ਆਲੇ ਦੁਆਲੇ ਸਾਫ਼ ਸਫਾਈ ਮਿਲੇ। ਕੂੜੇ ਦੇ ਢੇਰ ਸ਼ਹਿਰ ਸ਼ਹਿਰ ਨਗਰ ਨਗਰ ਸ਼ਹਿਰ ਸ਼ਹਿਰ ਗਲੀ ਗਲੀ ਮੁਹੱਲੇ ਮੁਹੱਲੇ ਲੱਗੇ ਪਏ ਆ। ਗੰਦਾ ਪਾਣੀ ਪੀਣ ਵਿੱਚ ਆਪਾਂ ਮਜਬੂਰ ਆ। ਸੀਵਰ ਓਵਰਫਲੋ ਆ। ਜਿੰਨੀ ਵਾਰੀ ਵੀ ਧਰਨੇ ਕੀਤੇ ਆ ਉਹ ਛੋਟਾ ਜਿਹਾ ਓਪਰੇਸ਼ਨ ਕਰਦੇ ਆ, ਉਸ ਤੋਂ ਬਾਅਦ ਟੈਂਪਰੇਰੀ ਉਹ ਕਰਵਾ ਕੇ ਸਾਨੂੰ 15 ਦਿਨ ਮਹੀਨੇ ਵਾਸਤੇ 20 ਦਿਨ ਵਾਸਤੇ ਰਿਲੀਫ ਮਿਲਦੀ ਆ, ਉਸ ਤੋਂ ਬਾਅਦ ਫਿਰ ਇਹੀ ਹਾਲਾਤ ਮਿਲਦੇ ਆ। ਅੱਜ ਦੇ ਇਕੱਠ ਨੇ ਸਾਬਤ ਕਰਤਾ ਵਾ ਕਿ ਅੰਮ੍ਰਿਤਸਰ ਵੈਸਟ ਕੌਂਸੀਚੁਐਂਸੀ ਵਿੱਚੋਂ ਔਜਲਾ ਸਾਹਿਬ ਬਹੁਤ ਭਾਰੀ ਲੀਡ ਦੇ ਨਾਲ ਜਿੱਤਣਗੇ। ਪਰ ਵੈਸਟ ਕੌਂਸੀਚੁਐਂਸੀ ਦੇ ਜਿਹੜੇ MLA ਨੇ ਉਹ ਕਹਿੰਦੇ 50,000 ਦੀ ਲੀਡ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਝਾੜੂ ਕੁਲਦੀਪ ਸਿੰਘ ਧਾਲੀਵਾਲ ਨੂੰ ਦਿਵਾਵਾਂਗੇ। ਮੈਂ ਜੀ ਇਹ ਮੂੰਹ ਕੇ ਆ ਕੇ ਖੁੱਲ੍ਹਾ ਖੁੱਲ੍ਹਾ ਗੱਪ ਮਾਰਦੀ ਜਿੱਡੀ ਮਰਜ਼ੀ ਵੱਡੀ ਮਾਰੋ, ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਵਾ ਕਿ ਤੁਸੀਂ ਲੋਕਾਂ ਵਿੱਚ 50 ਵਾਰੀ ਵੀ 2.5 ਸਾਲਾਂ ਦੇ ਵਿੱਚ ਆਏ ਹੋ, ਕਿਸ ਮੂੰਹ ਦੇ ਨਾਲ ਇਹ ਗੱਲ ਕੀਤੀ ਜਾ ਰਹੀ ਆ। ਅਗਰ ਅਸੀਂ ਸਾਡੇ ਲੋਕਾਂ ਦਾ ਸਾਨੂੰ ਜਿਤਾਇਆ ਵਾ, ਪ੍ਰਚੰਡ ਬਹੁਮਤ ਇਹਨਾਂ ਨੂੰ ਪੰਜਾਬ ਵਿੱਚ ਦਿੱਤਾ ਵਾ, ਜਿਸ ਤਰ੍ਹਾਂ ਦਿੱਲੀ ਵਿੱਚ ਦਿੱਤਾ ਵਾ, ਇਹਨਾਂ ਦਾ ਇਹਨਾਂ ਤੋਂ ਬਹੁਤ ਆਸ ਉਮੀਦ ਸੀ ਲੋਕਾਂ ਨੂੰ। ਇਹਨਾਂ ਦਾ ਰਾਜ ਧਰਮ ਬਣਦਾ ਵਾ ਕਿ ਲੋਕਾਂ ਦੇ ਵਿੱਚ ਬੈਠ ਕੇ ਜੋ ਇਹਨਾਂ ਨੇ ਗੱਲ ਕੀਤੀ ਸੀ ਕਿ ਲੋਕਾਂ ਦੀਆਂ ਗਲੀਆਂ ਮੁਹੱਲਿਆਂ ਵਿੱਚ ਬੈਠ ਕੇ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ, ਤੁਹਾਡੀਆਂ ਸੱਕਾਂ ਦੇ ਵਿੱਚ ਆ ਕੇ ਬਹਿ ਕੇ ਸੱਤਾ ਦੇ ਉਹਦੇ ਵਿੱਚ ਤੁਹਾਡੇ ਆਉਣਗੇ, ਸਾਰੇ ਅਫਸਰ ਸਾਡੇ ਕੋਲ ਆਉਣਗੇ। ਅੱਜ ਮਹਿੰਗਾਈ ਚਰਮ ਸੀਮਾ 'ਤੇ ਆ, ਕਰਪਸ਼ਨ ਚਰਮ ਸੀਮਾ 'ਤੇ ਆ, ਨਸ਼ਿਆਂ ਦੇ ਰੋਜ਼ ਸਾਡੇ ਬੱਚੇ ਮਰਦੇ ਪਏ ਆ। ਜਿਹੜੀ ਕਰਪਸ਼ਨ ਦੀ ਗੱਲ ਇਹਨਾਂ ਨੇ ਖਤਮ ਕਰਨ ਦੀ ਗੱਲ ਕੀਤੀ ਸੀ, ਸਾਡੇ ਨਾਲ ਵਾਅਦਾ ਕੀਤਾ ਸੀ, ਉਹ ਇੱਕ ਪੈਸਾ ਵੀ ਉਹ ਸਿਰੇ ਨਹੀਂ ਚੜਿਆ। ਦੂਣੀ ਚੋਣੀ ਜਿਹੜਾ ਕੰਮ ਜੇ ਪਿਛਲੀ ਸਰਕਾਰਾਂ ਕਰਪਸ਼ਨ ਕਰਦੀਆਂ ਸੀ, ਜੇ ਇਹਨਾਂ ਨੇ ਉਹਨਾਂ 'ਤੇ ਇਲਜ਼ਾਮ ਲਾਉਂਦੇ ਸੀ ਅਤੇ ਜੇ ਉਹ ਕਿਤੇ 500 ਰੁਪਇਆ ਲੱਗਦਾ ਸੀ ਤਾਂ ਅੱਜ 25-25 ਹਜ਼ਾਰ ਰੁਪਇਆ ਉਹਨਾਂ ਕੰਮਾਂ ਦਾ ਮੰਗਦੇ ਆ। ਸੋ ਇਹ ਉਹਨਾਂ ਦੇ ਭਾਈਵਾਲ ਬਣ ਗਏ ਅਫਸਰਾਂ ਦੇ। ਸੋ ਇਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਲੋਕ ਇਸ ਗੱਲ ਦਾ ਜਵਾਬ ਦੇਣਗੇ। ਤਾਂ ਇਹ ਸਿਰਕਟ ਆਗੂ ਨੇ ਕਾਂਗਰਸ ਦੇ ਸਤੀਸ਼ ਬੱਲੂ ਜਿਨ੍ਹਾਂ ਦੀ ਅਗਵਾਈ ਵਿੱਚ ਇੱਥੇ ਛਿਆਟਾ ਵਿੱਚ ਇੱਕ ਭਰਵੀਂ ਰੈਲੀ ਕਰਵਾਈ ਗਈ ਹੈ ਗੁਰਜੀਤ ਸਿੰਘ ਔਜਲਾ ਦੀ ਹਮਾਇਤ ਵਿੱਚ, ਜਿੱਥੇ ਕਿ ਗੁਰਜੀਤ ਸਿੰਘ ਔਜਲਾ ਵੀ ਆਖ ਰਹੇ ਨੇ ਵੀ ਇਸ ਵਾਰ ਲੋਕ ਉਹਨਾਂ ਨੂੰ 30 ਵਾਰ ਜਿਤਾ ਕੇ ਲੋਕ ਸਭਾ 'ਚ ਭੇਜਣਗੇ, ਔਰ ਲਗਾਤਾਰ ਭਾਜਪਾ 'ਤੇ ਵੀ ਉਹ ਤੰਜ ਕਸਦੇ ਵਿਖਾਈ ਦੇ ਰਹੇ ਨੇ। ਔਰ ਦੂਜੇ ਪਾਸੇ ਡਾਕਟਰ ਰਾਜ ਕੁਮਾਰ ਵੇਰਕਾ ਵੀ ਇਹੀ ਦਾਅਵਾ ਕਰ ਰਹੇ ਨੇ ਵੀ ਇਸ ਵਾਰ ਹਲਕਾ ਪੱਛਮੀ ਤੋਂ ਸਭ ਤੋਂ ਜ਼ਿਆਦਾ ਲੀਡ ਨਾਲ ਗੁਰਜੀਤ ਸਿੰਘ ਔਜਲਾ ਜਿੱਤਣਗੇ। ਖੈਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। 1 ਤਰੀਕ ਨੂੰ ਵੋਟਾਂ ਪੈਣੀਆਂ ਨੇ, 4 ਜੂਨ ਨੂੰ ਨਤੀਜੇ ਆਉਣੇ ਨੇ, ਤਾਂ ਸਾਰੀ ਸਥਿਤੀ 4 ਜੂਨ ਨੂੰ ਸਪਸ਼ਟ ਹੋ ਜਾਣੀ ਹੈ ਵੀ ਕਿਸ ਦੇ ਹਿੱਸੇ ਵਿੱਚ ਜਿੱਤ ਆਉਂਦੀ ਹੈ ਅਤੇ ਕਿਸ ਦੇ ਨਸੀਬ ਵਿੱਚ ਹਾਰ। ਕੈਮਰਾਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।